पट्टी दे वार्ड नंबर 2 विच आए दिन गोलियां चलण दा सिलसिला आम हो गया है। इस वार भी पुरानी रंजिश नूं लै के गोली चलण अते कारां दी भन तोड़ अते दुकान दी भन तोड़ दा मामला सामने आया है। जिक्रयोग है कि वार्ड नंबर 2 विच आए दिन गोलियां चलदियां रहिंदियां ने, पर हाले तक यह पुलिस प्रशासन नूं पता नहीं चलिया कि इन्हां व्यक्तियां कोल नजायज हथियार कित्थों आउंदे हन। इस संबंधी जानकारी दिंदिया वार्ड नंबर 2 दे वसनीक व्यक्ति चमकू ने दस्या कि ओह अपने घर विच सी अते बाहरों कुछ व्यक्तियां वल्लों उन्हां दे गवांडियां दी कंध टप के उन्हां दी कुटमार कीती गई अते कुछ गोलियां भी चलाईयां गईयां। इस संबंधी राणा सिंह ने दस्या कि मेरे घर विच भी इन्हां व्यक्तियां वल्लों कंध टप के साडी कुटमार कीती गई है, साडियां गड्डियां भन्न दित्तियां गईयां ਅਤੇ ਹੋਰ ਸਾਡਾ ਕੀਮਤੀ ਸਮਾਨ ਵੀ ਭੰਨਿਆ ਗਿਆ। ਮਨਜੀਤ ਕੌਰ, ਕੀ ਗੱਲਬਾਤ ਹੋਈ ਸਰ? ਗੱਲਬਾਤ ਕੀ ਹੋਈ, ਜਦੋਂ ਚਮਕੂ ਘਰੋਂ ਗੋਲੀ ਚਲਾ ਕੇ ਆਏ ਆ ਨਾ, ਅਤੇ ਫਿਰ ਬਾਅਦ 'ਚ ਸਾਡੇ ਘਰ ਆ ਗਏ, ਕੰਧ ਟੱਪ ਕੇ ਬੂਹਾ ਖੋਲ੍ਹ ਕੇ ਅਤੇ ਗਾਲ ਮੰਦਾ ਕੀਤਾ, ਨਿਕਲੋ ਬਾਹਰ ਨਿਕਲੋ ਬਾਹਰ, ਅਤੇ ਮੁੰਡਾ ਹੱਸਦਾ ਹੱਸਦਾ ਬਾਹਰ ਨਿਕਲਿਆ, ਨੱਫਾ ਲਿਆ, ਗੋਲੀਆਂ ਚਲਾਉਣ ਲੱਗ ਪਿਆ, ਅਤੇ ਉਹ ਛੁੱਟ ਕੇ ਭੱਜ ਗਿਆ, ਸਾਨੂੰ ਕੁੱਟਣ ਲੱਗ ਪਿਆ। ਆਹ ਮੇਰੇ ਮੁੰਡਾ ਨਿਕੁੱਛੜ ਸੀ ਅਤੇ ਇਹਦੀ ਆਵੇ ਲੱਤ ਮਰੋੜ, ਮੈਨੂੰ ਖਿਚੋਲਿਆ, ਵਹੁਟੀ ਨੂੰ ਮਾਰਿਆ, ਵਹੁਟੀ ਦੇ ਵੇਲੇ ਹੱਥੀਆਂ ਡਾਂਗ ਮਾਰੀ, ਮਹਾਂ ਹੀ ਛਡਾਇਆ, ਅਤੇ ਮੁੜ ਕੇ ਗਾਲਾਂ ਗੁਲਾਂ ਕੱਢ ਕੇ ਚੱਲ। ਕੀ ਮੰਗ ਕਰਦੇ ਹੋ ਤੁਸੀਂ? ਉਹ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਸਾਫ਼ ਚਾਹੀਦਾ, ਸਾਫ਼ ਚਾਹੀਦਾ ਵੀ ਸਾਨੂੰ, ਵੇਖੋ ਵੀ ਹੁਣ ਅਸੀਂ ਇਸ ਤਰ੍ਹਾਂ, ਸਾਨੂੰ ਰੋਜ਼ ਉਹ ਕੁੱਟ ਜਾ ਕਰੂਗਾ, ਪੈਸੇ ਮੰਗਦਾ ਮੁੰਡਿਆਂ ਤੋਂ, ਬਰਮਾਸ਼ੀ ਕਰਦਾ ਵੀ ਪੈਸੇ ਦਿਓ, ਮੈਨੂੰ ਆਹ ਦਿਓ, ਮੈਨੂੰ ਉਹ ਦਿਓ, ਕਿੱਥੋਂ ਦੇਈਏ ਉਹਨੂੰ? ਪਿਓ ਉਹਦਾ ਉੱਤਰਾਂ 'ਤੇ ਪੁਲਿਸ ਨੂੰ ਆਖ ਦਿੰਦਾ, ਮੈਂ ਘਰੋਂ ਬਾਹਰੋਂ ਕੱਢਿਆ, ਅਤੇ ਹੁਣ ਪਿਓ ਨਾਲ ਤੁਰਿਆ ਫਿਰਦਾ। ਦੋ ਸਾਡੀਆਂ ਗੱਡੀਆਂ ਭੰਨ ਗਏ ਆ, ਨਾਲੇ ਸਾਨੂੰ ਕੁੱਟ ਮਾਰ ਕਰ ਗਏ ਆ, ਮੁੰਡੇ ਮਹਾਂ ਬਚੇ ਆ ਗੋਲੀ ਤੋਂ, ਗੋਲੀਆਂ 2 ਚਲਾਈਆਂ, ਆਪੇ ਫੜ ਕੇ ਲੈ ਗਏ। ਹਾਂਜੀ, ਕੀ ਨਾਂ ਜੀ ਤੁਹਾਡਾ? ਰਣਜੀਤ ਸਿੰਘ। ਕੀ ਗੱਲਬਾਤ ਹੋਈ ਜਿਹੜੀਆਂ ਗੱਡੀਆਂ ਭੰਨੀਆਂ? ਵੀਰ ਜੀ, ਮੈਂ ਸੁੱਤਾ ਹਾਂ ਅਤੇ ਕੰਧ ਟੱਪ ਕੇ ਆਏ ਲਾਡੀ ਮੋਟਾ ਅਤੇ ਉਹਦਾ ਪਿਓ ਡਾਕਟਰ ਬੱਬੀ ਅਤੇ ਹੈਪੀ, ਅਤੇ ਆ ਕੇ ਇਹਦੇ ਉਹਨਾਂ ਗੋਲੀ ਚਲਾਤੀ ਅਤੇ ਗੱਡੀਆਂ ਮੇਰੀਆਂ ਦੋਵੇਂ ਜਿੰਨ ਆ ਅਤੇ ਵਰਨਾ ਦੋਵੇਂ ਤੋੜ ਕੇ ਅਤੇ ਚਲ ਗਏ ਆ। ਕੀ ਵਜ੍ਹਾ ਸੀ ਜਿਸ ਵਜ੍ਹਾ ਕਰਕੇ ਗੱਡੀ? ਪਤਾ ਨਹੀਂ ਲੱਗਾ, ਕੋਈ ਪਤਾ ਨਹੀਂ, ਅਸੀਂ ਤਾਂ ਸੁੱਤੇ ਹਾਂ ਅੰਦਰ ਅਤੇ ਆ ਕੇ ਉਹ ਗਲ ਪੈ ਗਏ ਅਤੇ ਗੱਡੀਆਂ ਤੋੜਨ ਲੱਗ ਪਏ ਅਤੇ ਗੋਲੀ ਚਲਾਤੀ ਉਹਨਾਂ। ਕੌਣ ਕੌਣ ਸਨ ਇਹ? ਲਾਡੀ ਮੋਟਾ ਅਤੇ ਉਹਦਾ ਪਿਓ ਡਾਕਟਰ ਬੱਬੀ ਅਤੇ ਹੈਪੀ ਅਤੇ ਨਾਲ ਦੋ ਅਣ ਪਛਾਤੇ, ਉਹਦੇ ਨਾਲ ਦੀ ਨਹੀਂ ਪਛਾਣ ਆਈ ਕੌਣ ਸੀ। ਇਸ ਵਾਰੀ ਦਰਖਾਸਤ ਦਿੱਤੀ ਕੋਈ ਤੁਸੀਂ? ਹਾਂ, ਅਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ। ਹਾਲੇ ਤੱਕ ਤਾਂ ਨਹੀਂ ਆਏ, ਬਾਕੀ ਵੇਖੋ ਸ਼ਾਇਦ। ਤੂੰ ਮੌਕੇ ਤੇ ਵੇਖ ਕੇ ਗਿਆ? ਹਾਂ, ਮੌਕੇ ਤੇ ਵੇਖ ਕੇ ਗਿਆ, 2-3 ਦੀ ਵੇਖ ਗਿਆ। ਕੀ ਵਿਸ਼ਵਾਸ ਦਵਾਇਆ ਗਿਆ ਪੁਲਿਸ ਨੂੰ? ਉਹ ਕਹਿੰਦੇ ਕਿ ਅਸੀਂ ਜੋ ਬਣਦੀ ਕਾਰਵਾਈ ਕਰਾਂਗੇ ਉਹਨਾਂ 'ਤੇ। ਤੁਸੀਂ ਮੰਗ ਕੀ ਕਰਦੇ ਹੋ? ਇਹੋ ਕਿ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਹਾਂਜੀ, ਕੀ ਨਾਂ ਜੀ ਤੁਹਾਡਾ? ਚਮਕੌਰ ਸਿੰਘ ਜੀ। ਕੀ ਗੱਲਬਾਤ ਹੋਈ ਇੱਥੇ? ਮੈਂ ਭਾਅ ਜੀ ਘਰ ਸੁੱਤਾ ਪਿਆ ਸੀ, ਨਾਲ ਮੇਰੇ ਜਵਾਕ ਪਿਆ ਸੀ ਬਿੜ 'ਤੇ, ਅਤੇ ਲਾਡੀ ਮੋਟਾ ਆਇਆ ਵਾ ਆਪਦਾ, ਇੱਕ ਉਹਦਾ ਭਰਾ ਨਾਲ ਹੈਪੀ, ਇੱਕ ਡਾਕਟਰ ਬੱਬੀ ਉਹਦਾ ਪਿਓ, ਅਤੇ ਆਣ ਕੇ ਮੇਰੇ ਮੱਥੇ 'ਤੇ ਪਿਸਤੌਲ ਰੱਖਿਆ ਉਹਨੇ, ਅਤੇ ਮੈਨੂੰ ਆਉਂਦਾ ਉੱਠ, 5 ਲੱਖ ਰੁਪਇਆ ਦੇ, ਮੈਨੂੰ ਪੈਸੇ ਭਰ, ਬਦਮਾਸ਼ੀ ਕਰਦਾ ਸੀ, ਅਤੇ ਮੈਂ ਹਾਂ ਵੀ ਮੇਰੇ ਕੋਲ ਕਿੱਥੋਂ ਆਏ ਪੈਸੇ, ਮੈਂ ਕਿੱਥੋਂ ਦੇਵਾਂ ਤੁਹਾਨੂੰ, ਅਤੇ ਮੈਨੂੰ ਤੂੰ ਕੇ ਬਾਹਰ ਲੈ ਆਇਆ, ਇਹਨਾਂ ਨੇ ਮੇਰੇ 2 ਗੋਲੀਆਂ ਲੱਤਾਂ 'ਚ ਮਾਰੀਆਂ ਘਰੇ, ਅਤੇ ਮੁੜ ਕੇ ਬਾਹਰ ਇਹਨਾਂ ਮੇਰੇ ਨਾਲ ਬੜੀ ਕੁੱਟਮਾਰ ਕੀਤੀ। ਗੋਲੀ ਕੋਈ ਲੱਗੀ ਵੀ ਆ ਤੁਹਾਡੇ? ਲੱਗੀ ਨਹੀਂ, ਦੋਵੇਂ ਲੱਤਾਂ 'ਚ ਮਾਰੀਆਂ, ਮੈਂ ਮਹਾਂ ਵਜਾ ਮੇਰੇ ਘਰ ਜਾਂਦੇ ਵੀ ਹੱਥੇ ਪਾਈ ਹੋਏ ਆ, ਇਹਨਾਂ ਧੱਕੇ ਧੁੱਕੇ ਮਾਰੇ ਆ ਘਰ ਜਾਣ ਨੂੰ। ਦਰਖਾਸਤ ਦਿੱਤੀ ਕੋਈ ਤੁਸੀਂ? ਦਰਖਾਸਤ ਭਾਅ ਜੀ ਦਿੱਤੀ ਆ, ਬਾਕੀ ਕੋਈ ਹਜੇ ਕਾਰਵਾਈ ਉਹਨਾਂ 'ਤੇ ਨਹੀਂ ਹੁੰਦੀ। ਉਹਦਾ ਬੁੜਾ ਜਿਹੜਾ ਉਹ ਆਖੀ, ਉਹ ਉਲਟੀ ਬਿਆਨ ਦਿੱਤੀ ਜਾਂਦਾ ਜੀ, ਅਸੀਂ ਨਹੀਂ ਕੀਤਾ ਜੀ, ਉਹ ਅਸੀਂ ਤਾਂ ਘਰੋਂ ਕੱਢਿਆ ਉਹਨੂੰ, ਫਲਾਣ ਕੀਤਾ ਜਾ ਆਪ ਹੀ ਲੜਨ। ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਅਸੀਂ ਮੰਗ ਕਰਦੇ ਹਾਂ ਮਹਾਰਾਜ, ਅਸੀਂ ਆਪਦੇ ਬੱਚੇ ਲੈ ਕੇ ਘਰੇ ਸੁੱਤੇ ਸੀ, ਅਤੇ ਸਾਨੂੰ ਇਨਸਾਫ਼ ਚਾਹੀਦਾ ਵਾ। ਜੇ ਬਾਈ ਚਾਂਸ ਮੇਰੇ ਗੋਲੀ ਵੱਜ ਜਾਂਦੀ ਤਾਂ ਮੇਰੀਆਂ 2 ਕੁੜੀਆਂ ਵਾ, ਮੇਰੇ ਪਰਿਵਾਰ ਦਾ ਕੌਣ ਵਾਲੀ ਵਾਰ ਸੀ, ਉਹ ਤਾਂ ਰੱਜਿਆ ਸੀ ਸਮੈਗਨਾ, ਅਤੇ ਆ ਗਏ ਇਹਨਾਂ ਨੂੰ ਪੈਸੇ ਕੌਣ ਭਰੇ, ਅਤੇ ਬਦਮਾਸ਼ੀ ਕਰਦੇ ਆ, ਚਲੋ ਇਹਨਾਂ ਦੀ ਚੱਲਦੀ ਹੋਊਗੀ। ਕਿੰਨੇ ਜਿਹੜੇ ਹੈਗੇ ਆ ਫਾਇਰ ਕੀਤੇ ਗਏ? ਕੁੱਲ 2 ਇਹਨੇ ਅੰਦਰ ਕੀਤੇ ਆ, ਅਤੇ 2 ਹੀ ਇਹਨੇ ਬਾਹਰ ਕੀਤੇ ਆ, ਅਤੇ ਮਹਾਂ ਵਾਰ ਸਾਡੇ ਜੀ ਸਾਰੇ ਬਚੇ ਆ, ਘਰ ਨਿਆਣੇ ਮਹਾਂ ਬਚੇ ਉਹਦੇ ਤੋਂ, ਰੱਜੇ ਤਾਂ ਗਏ, ਨਾ ਉਹਦੇ ਪਿਓ ਨੇ ਉਹਨੂੰ ਡੱਕਿਆ, ਨਾ ਉਹਦੇ ਭਰਾ ਨੇ ਉਹਨੂੰ ਡੱਕਿਆ। ਖੋਲ ਦਿੱਤਾ, ਖੋਲਾ ਹੈਗਾ ਸੀ, ਉਹ ਫੜ ਕੇ ਅਸੀਂ ਪੁਲਿਸ ਵਾਲੇ ਨੂੰ ਫੜਾਇਆ, ਘਰ ਆਏ ਸੀ ਆਪਣੇ, ਉਹਦਾ ਨਾਂ ਕੀ? ਦਵਿੰਦਰ ਕੁਮਾਰ, ਜਿਹੜੇ ਨੇ ਖੋਲ ਫੜਿਆ ਸੀ, ਅਤੇ ਅਜੇ ਤੱਕ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ, ਉਲਟ ਸਾਨੂੰ ਹੀ ਸਾਡੇ 'ਤੇ ਰੇਡ ਕਰੀ ਜਾਂਦੇ, ਸਾਨੂੰ ਆਖੀ ਜਾਂਦੇ ਇਹ ਗਲਤ ਕਰਦੇ ਆ, ਜੋ ਕਰਦੇ ਆ, ਅਤੇ ਗਲਤ ਵੇਖੋ, ਇੱਥੇ ਸਾਰੇ ਮਹੱਲੇ ਤੋਂ ਗਵਾਹੀ ਲਓ, ਗੋਲੀਆਂ 2 ਸ਼ਰੇਆਮ ਚਲਾ ਗਿਆ ਅਤੇ ਜੀਆਂ ਨੂੰ ਮਾਰ ਚੱਲਿਆ ਸੀ।